ਅਸੀਂ ਚਾਹੁੰਦੇ ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਛੇਤੀ ਹੋਣ, ਜੋ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਦਾ ਖੇੜਾ, ਤੇ ਅਸੀਂ ਸਾਰੇ ਢੀਂਡਸਾ ਸਾਹਿਬ ਦੀ ਸਪੋਰਟ ਕਰਦੇ ਹਾਂ, ਦੱਬ ਕੇ ਕਰਾਂਗੇ। ਕਿ ਮੈਂ ਆਪ ਵਾਲਿਆਂ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਢੀਂਡਸਾ ਸਾਹਿਬ ਦੀ ਮਦਦ ਕਰੋ। ਵੇਖੋ ਆਪ ਵੀ ਇਹਦਾ ਮਤਲਬ ਉਹਨਾਂ ਦੇ ਸੰਪਰਕ ਦੇ ਵਿੱਚ, ਤੇ ਕਾਂਗਰਸ ਨਾਲ ਵੀ ਉਹਨਾਂ ਦਾ ਸੰਪਰਕ ਹੈ। ਜਿਹੜਾ ਕਾਂਗਰਸ ਦਾ ਪ੍ਰਧਾਨ ਬੋਲੇ, ਕੋਈ ਛੋਟੀ ਗੱਲ ਤਾਂ ਹੈ ਨਹੀਂ। ਤੇ ਉੱਪਰਲੀ ਉਹ ਤਾਂ ਨੰਗੇ ਹੀ ਹੋ ਗਏ ਵੀ ਰਲੇ ਹੋਏ ਨੇ ਕਾਂਗਰਸ ਨਾਲ। ਜੋ ਢੀਂਡਸਾ ਬੋਲਦਾ ਸੀ ਉਹੀ ਜਾਖੜ ਬੋਲਿਆ ਕੱਲ, ਕਿ ਇੱਕ ਵੀ ਬੱਸ ਪੰਜਾਬ ਚੋਂ ਸੰਗਰੂਰ ਤੇ ਬਰਨਾਲੇ ਜ਼ਿਲ੍ਹੇ ਤੋਂ ਬਾਹਰੋਂ ਸਾਬਤ ਕਰ ਦੇਣ, ਇੱਕ ਵੀ ਬੱਸ, ਜੋ ਸਜ਼ਾ ਅਸੀਂ ਭੁਗਤਣ ਨੂੰ ਤਿਆਰ ਹਾਂ। ਤੇ ਨਹੀਂ ਫਿਰ ਉਹ ਭੁਗਤ ਕੋਈ ਝੂਠਾ ਪ੍ਰਚਾਰ ਕਰ ਰਹੇ ਆ। ਢੀਂਡਸਾ ਸਾਹਿਬ ਬੜੇ ਜ਼ਿੰਮੇਵਾਰ ਬੰਦੇ ਨੇ ਕਿ ਜੀ ਸਾਰੇ ਪੰਜਾਬ ਚੋਂ ਬੰਦੇ ਆਉਣਗੇ। ਸੋ ਇਹ ਰੈਲੀ ਜਿਹੜੀ ਬੜੀ ਸੰਗਰੂਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਵਧੀਆ ਤੇ ਵੱਡੀ ਰੈਲੀ ਹੋਈ। ਸ਼੍ਰੋਮਣੀ ਅਕਾਲੀ ਦਲ ਚ ਸੁਖਦੇਵ ਸਿੰਘ ਢੀਂਡਸਾ ਮੁੜ ਚਰਚਾ ਵਿੱਚ ਨੇ, ਪਰ ਹੁਣ ਢੀਂਡਸਾ ਆਪਣੇ ਬਿਆਨ ਕਰਕੇ ਨਹੀਂ ਸਗੋਂ ਸਿਕੰਦਰ ਸਿੰਘ ਮਲੂਕਾ ਕਰਕੇ ਚਰਚਾ ਚ ਨੇ। ਉਹਨਾਂ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਦੋਸ਼ ਲਗਾਏ ਨੇ ਕਿ ਉਹਨਾਂ ਨੇ ਢੀਂਡਸਾ ਪਰਿਵਾਰ ਦੀ ਮਦਦ ਕਰਨ ਦਾ ਐਲਾਨ ਕੀਤਾ। ਕਾਂਗਰਸ ਦੇ ਇਸ਼ਾਰੇ ਤੇ ਕਰ ਰਿਹਾ, ਤੇ ਕੱਲ ਜਾਖੜ ਸਾਹਿਬ ਨੇ ਓਪਨਲੀ ਬਿਆਨ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਛੇਤੀ ਹੋਣ, ਜੋ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਦਾ ਖੇੜਾ। ਜੋ ਢੀਂਡਸਾ ਬੋਲਦਾ ਸੀ ਉਹੀ ਜਾਖੜ ਬੋਲਿਆ ਕੱਲ, ਤੇ ਅਸੀਂ ਸਾਰੇ ਢੀਂਡਸਾ ਸਾਹਿਬ ਦੀ ਸਪੋਰਟ ਕਰਦੇ ਹਾਂ, ਦੱਬ ਕੇ ਕਰਾਂਗੇ। ਤੇ ਮੈਂ ਆਪ ਵਾਲਿਆਂ ਨੂੰ ਵੀ ਕਹਿਣਾ, ਕਾਂਗਰਸ ਦਾ ਪ੍ਰਧਾਨ ਕਹਿੰਦਾ ਕਿ ਮੈਂ ਆਪ ਵਾਲਿਆਂ ਨੂੰ ਵੀ ਕਹਿਣਾ ਕਿ ਤੁਸੀਂ ਵੀ ਢੀਂਡਸਾ ਸਾਹਿਬ ਦੀ ਮਦਦ ਕਰੋ। ਵੇਖੋ ਆਪ ਵੀ ਇਹਦਾ ਮਤਲਬ ਉਹਨਾਂ ਦੇ ਸੰਪਰਕ ਦੇ ਵਿੱਚ ਹੈ, ਤੇ ਕਾਂਗਰਸ ਨਾਲ ਵੀ ਉਹਨਾਂ ਦਾ ਸੰਪਰਕ ਹੈ। ਜਿਹੜਾ ਕਾਂਗਰਸ ਦਾ ਪ੍ਰਧਾਨ ਬੋਲੇ, ਕੋਈ ਛੋਟੀ ਗੱਲ ਤਾਂ ਹੈ ਨਹੀਂ। ਤੇ ਓਪਨਲੀ ਉਹ ਤਾਂ ਨੰਗੇ ਹੀ ਹੋ ਗਏ ਵੀ ਰਲੇ ਹੋਏ ਨੇ ਕਾਂਗਰਸ ਨਾਲ। ਤੇ ਇਸ ਕਰਕੇ ਸਾਡਾ ਜਿਹੜਾ ਇਕੱਠ ਹੈ ਇਤਿਹਾਸਕ ਹੋਏਗਾ ਹਰ ਪੱਖੋਂ। ਲੋਕ ਬੜੀ ਤੇਜ਼ੀ ਨਾਲ ਚੱਲ ਪਏ ਨੇ। ਕੱਲ ਜਿਵੇਂ ਫਰੀਦਕੋਟ ਸਾਡੀ ਤੱਕ ਤੋਂ ਡੇਢਾ ਇਕੱਠ ਹੋਇਆ, ਤੇ ਲੋਕ ਟਰਾਲੀਆਂ ਦੇ ਵਿੱਚ ਬੈਠ ਕੇ ਆਏ। ਇੱਥੇ ਤਾਂ ਬੱਸਾਂ ਦਿੱਤੀਆਂ ਨੇ ਨਾ, ਉੱਥੇ ਲੋਕ ਟਰਾਲੀਆਂ 'ਚ ਵੱਡੇ ਵੱਡੇ ਝੰਡੇ ਲਾ ਕੇ ਬੜੇ ਚਾਅ ਨਾਲ ਆਏ, ਤੇ 4 ਘੰਟੇ ਉਹ ਰੈਲੀ ਚੱਲੀ 11 ਤੋਂ 3 ਵਜੇ ਤਾਈਂ। ਇੱਕ ਵੀ ਬੰਦਾ ਉੱਠ ਕੇ ਨਹੀਂ ਗਿਆ। ਇੱਥੋਂ ਹੁਣ ਹੈ ਕਿ ਲੋਕਾਂ ਦਾ ਹੰਗਾਰਾ ਅਕਾਲੀ ਦਲ ਨੂੰ ਬੜੀ ਤੇਜ਼ੀ ਨਾਲ ਹੋ ਰਿਹਾ। ਲੋਕ ਪਛਤਾ ਰਹੇ ਨੇ ਜਿਹੜੇ 3 ਸਾਲ ਪਹਿਲਾਂ ਵੋਟਾਂ ਪਾ ਕੇ ਵੀ ਕਾਂਗਰਸ ਸਾਡੇ ਨਾਲ ਠੱਗੀ ਮਾਰ ਗਈ। ਤੇ ਤੁਸੀਂ ਵੇਖਿਓ 2022 ਦੇ ਵਿੱਚ ਇਹ ਰੈਲੀਆਂ ਨੇ ਹਨੇਰੀ ਲਿਆ ਦੇਣੀ ਆ 2-3 ਮਹੀਨਿਆਂ ਦੇ ਵਿੱਚ। 31 ਮਾਰਚ ਤੇ ਅਸੀਂ ਸਾਰੇ ਜ਼ਿਲ੍ਹੇ ਕਵਰ ਕਰ ਲੈਣੇ ਆ, ਤੇ ਇੱਕ ਹਨੇਰੀ ਆਏਗੀ। ਕਾਂਗਰਸ ਪਾਰਟੀ ਦੀ ਹਾਲਤ 2022 'ਚ 12-15 ਸੀਟਾਂ 'ਤੇ ਆ ਜਾਏਗੀ। ਵੇਖੋ ਸਾਡੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੈ। ਸਾਰੇ ਅੱਜ ਸੀਨੀਅਰ ਲੀਡਰਸ਼ਿਪ ਜਿਹੜੀ ਸੰਗਰੂਰ ਜ਼ਿਲ੍ਹੇ ਦੀ ਬਰਨਾਲੇ ਦੀ ਇੱਥੇ ਬੈਠੀ ਹੈ। ਸਾਰੀ ਅਸੀਂ ਬੱਸਾਂ ਦਾ ਪਿੰਡਾਂ 'ਚ ਸਿਸਟਮ ਦਾ ਸਾਰਾ ਅਰੇਂਜਮੈਂਟ ਕਰ ਲਿਆ, ਅਤੇ ਸਟੇਜ ਦਾ ਅਰੇਂਜਮੈਂਟ ਜਾਰੀ ਹੈ। ਕੱਲ੍ਹ ਤੱਕ ਮੁਕੰਮਲ ਹੋ ਜਾਏਗਾ ਸਾਰਾ ਹਰ ਹਾਲ ਦੇ ਵਿੱਚ। ਸੋ ਇਹ ਰੈਲੀ ਜਿਹੜੀ ਬੜੀ ਸੰਗਰੂਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਵਧੀਆ ਅਤੇ ਵੱਡੀ ਰੈਲੀ ਹੋਏਗੀ ਜਿਹੜੀ ਹੋਏਗੀ। ਇੱਕ ਮੇਰੀ ਬੇਨਤੀ ਜ਼ਰੂਰ ਹੈ ਕਿ ਕੋਈ ਝੂਠਾ ਪ੍ਰਚਾਰ ਕਰ ਰਹੇ ਹੈ, ਢੀਂਡਸਾ ਸਾਹਿਬ ਬੜੇ ਜ਼ਿੰਮੇਵਾਰ ਬੰਦੇ ਨੇ ਕਿ ਜੀ ਸਾਰੇ ਪੰਜਾਬ 'ਚੋਂ ਬੰਦੇ ਆਉਣਗੇ। ਮੈਂ ਅਸੀਂ ਸਾਰੀ ਪ੍ਰੈਸ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਚੈੱਕ ਰੱਖਣ ਇਸ ਗੱਲ 'ਤੇ। ਅਸੀਂ ਚੈਲੰਜ ਕਰਦੇ ਹਾਂ ਕਿ ਇੱਕ ਵੀ ਬੱਸ ਪੰਜਾਬ 'ਚੋਂ ਸੰਗਰੂਰ ਅਤੇ ਬਰਨਾਲੇ ਜ਼ਿਲ੍ਹੇ ਤੋਂ ਬਾਹਰੋਂ ਸਾਬਤ ਕਰ ਦੇਣ, ਇੱਕ ਵੀ ਬੱਸ, ਜੋ ਸਜ਼ਾ ਅਸੀਂ ਭੁਗਤਣ ਨੂੰ ਤਿਆਰ ਹਾਂ, ਅਤੇ ਨਹੀਂ ਫਿਰ ਉਹ ਭੁਗਤਣ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ 'ਚ ਵੱਡੇ ਪੱਧਰ 'ਤੇ ਰੈਲੀ ਕੀਤੀ ਜਾ ਰਹੀ ਹੈ, ਅਤੇ ਹੁਣ ਵੇਖਣਾ ਹੋਵੇਗਾ ਕਿ ਇਸ ਰੈਲੀ ਵਿੱਚ ਢੀਂਡਸਾ ਪਰਿਵਾਰ ਬਾਰੇ ਕੀ ਐਲਾਨ ਹੁੰਦਾ ਹੈ, ਅਤੇ ਇਸ ਰੈਲੀ 'ਤੇ ਲੋਕਾਂ ਦੀਆਂ ਵੀ ਨਜ਼ਰਾਂ ਲਗਾਤਾਰ ਬਣੀਆਂ ਹੋਈਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।